ਆਪਾਂ ਨਾ ਜ਼ਿੰਦਗੀ 'ਚ ਬਹੁਤ ਗਲਤ ਫੈਸਲੇ ਲਵਾਂਗੇ ਅਤੇ ਗਲਤ ਫੈਸਲੇ ਲੈਣਾ ਗਲਤ ਨਹੀਂ ਹੈਗਾ, ਨੋਰਮਲ ਆ। ਕੋਈ ਵੀ ਬੰਦਾ ਹਮੇਸ਼ਾ ਸਹੀ ਨਹੀਂ ਹੋ ਸਕਦਾ, ਪਰ ਗਲਤ ਫੈਸਲੇ ਦੇ ਨਾਲ ਸਾਰੀ ਉਮਰ ਦੁਖੀ ਹੋ ਕੇ ਰਹਿਣਾ ਉਹ ਗਲਤ ਆ। ਇੱਕ ਜ਼ਿੰਦਗੀ ਆ ਯਾਰ, ਜੇ ਆਹੀ ਦੁਖੀ ਹੋ ਕੇ ਗਲਤੀ ਫਿਰ ਕੀ ਫਾਇਦਾ। ਮੈਨੂੰ ਲਾਅ ਕਰਦੇ ਹੋਏ ਪਤਾ ਲੱਗ ਗਿਆ ਸੀ ਕਿ ਮੈਂ ਇਹ ਲਾਈਨ ਦੇ ਵਿੱਚ ਅੱਗੇ ਨਹੀਂ ਜਾਣਾ ਚਾਹੁੰਦਾ, ਜੇ ਮੈਂ ਜਾਊਂਗਾ ਮੈਂ ਖੁਸ਼ ਨਹੀਂ ਰਹਿਣਾ, ਸੋ ਮੈਂ ਲਾਈਨ ਚੇਂਜ ਕਰਤੀ। ਜੇ ਤੁਹਾਨੂੰ ਪੜ੍ਹਾਈ ਕਰਕੇ ਲੱਗਦਾ ਵੀ ਇਹ ਕਰੀਅਰ ਚੂਜ਼ ਨਹੀਂ ਕਰਨਾ, ਕਰ ਦਿਉ ਚੇਂਜ ਲਾਈਨ। ਜੇ ਇੱਕ ਜੋਬ 'ਚ ਜਾ ਕੇ ਪਤਾ ਲੱਗਦਾ ਵੀ ਉੱਥੇ ਖੁਸ਼ ਨਹੀਂ ਹੈਗੇ, ਜੋਬ ਚੇਂਜ ਕਰ ਦਿਉ। ਜੇ ਬਾਹਰ ਜਾ ਕੇ ਪਤਾ ਲੱਗਦਾ ਵੀ ਫੈਸਲਾ ਗਲਤ ਲੈ ਲਿਆ ਬਾਹਰ ਆਉਣ ਦਾ, ਵਾਪਸ ਆ ਜਾਓ। ਲੋਕ ਕੀ ਕਹਿਣਗੇ ਕੀ ਸੋਚਣਗੇ ਇਹ ਮੈਟਰ ਨਹੀਂ ਕਰਦਾ। ਜੇ ਜ਼ਿੰਦਗੀ 'ਚ ਖੁਸ਼ ਨਹੀਂ ਹੈਗੇ ਨਾ ਤਾਂ ਪੈਸਾ, ਜਗ੍ਹਾ, ਪਾਵਰ ਕੁਛ ਮੈਟਰ ਨਹੀਂ ਕਰਦਾ। ਪਰ ਐਂ ਵੀ ਨਹੀਂ ਹੈਗਾ ਵੀ ਆਪਣੀ ਖੁਸ਼ ਲਈ ਵਾਰ ਵਾਰ ਘਰਦਿਆਂ ਤੋਂ ਪੈਸੇ ਮੰਗ ਕੇ ਉਹਨਾਂ ਨੂੰ ਦੁਖੀ ਕਰੀ ਜਾਣਾ। ਇੱਕ ਵਾਰ ਪੜ੍ਹਾਈ 'ਤੇ ਪੈਸੇ ਲਵਾ ਲਓ, ਮੁੜ ਕੇ ਤੁਹਾਡੀ ਲਾਈਫ ਆ, ਤੁਹਾਡੀ ਜ਼ਿੰਮੇਵਾਰੀ ਹੈ। ਤੁਸੀਂ ਫਿਗਰ ਆਊਟ ਕਰਨਾ ਕੀ ਕਰਨਾ, ਕਿਵੇਂ ਕਰਨਾ ਅਤੇ ਤੁਸੀਂ ਕਿੱਥੇ ਖੁਸ਼ ਰਹੋਗੇ। ਅਤੇ ਡਾਇਰੈਕਸ਼ਨ ਚੇਂਜ ਕਰਨ ਦਾ ਨਾ ਕੋਈ ਟਾਈਮ ਨਹੀਂ ਹੁੰਦਾ। ਸਾਰੀ ਉਮਰ ਕਾਸ਼ ਵਰਡ ਨਾਲ ਰਹਿਣ ਨਾਲੋਂ ਨਾ ਭਾਵੇਂ 60 ਦੀ ਉਮਰ 'ਚ ਜਾ ਕੇ ਡਾਇਰੈਕਸ਼ਨ ਚੇਂਜ ਕਰ ਦਿਉ, ਪਰ ਜਿੱਥੇ ਖੁਸ਼ ਨਹੀਂ ਹੈਗੇ ਉੱਥੇ ਨਾ ਰਹੋ।